ਆਵਾਜ਼ੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਕੋਰੋਨਾ ਪੋਜ਼ਿਟਿਵ ਹੋ ਗਏ ਨੇ। ਉਹਨਾਂ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਸਲ ਜਾਣਕਾਰੀ ਦੇ ਮੁਤਾਬਕ ਉਹ 2 ਦਿਨਾਂ ਤੋਂ ਹਸਪਤਾਲ 'ਚ ਜੇਰੇ ਇਲਾਜ ਨੇ। ਨਾਲ ਹੀ ਡਾਕਟਰਾਂ ਦੇ ਮੁਤਾਬਕ 17 ਮਾਰਚ ਨੂੰ ਜੋਗਿੰਦਰ ਸਿੰਘ ਉਗਰਾਹਾਂ ਨੂੰ ਫੇਫੜਿਆਂ 'ਚ ਇਨਫੈਕਸ਼ਨ ਦੀ ਸ਼ਿਕਾਇਤ ਦੇ ਚੈੱਕਅਪ ਲਈ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਉਹਨਾਂ ਦੇ ਕੋਵਿਡ ਸੈਂਪਲ ਵੀ ਲਏ ਗਏ, ਜਿਸ ਤੋਂ ਬਾਅਦ ਜੋਗਿੰਦਰ ਸਿੰਘ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਉਹ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਜੇਰੇ ਇਲਾਜ ਨੇ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਵੀ ਮੋਰਚਾ ਸੰਭਾਲਿਆ ਹੋਇਆ। ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਨੇ। ਉਗਰਾਹਾਂ ਸਮੂਹ ਪੰਜਾਬ ਦੇ ਮਾਲਵਾ ਖੇਤਰ ਦੇ ਨਾਲ ਸੰਬੰਧਿਤ ਹੈ ਅਤੇ ਕਿਸਾਨਾਂ ਦੀ ਸਭ ਤੋਂ ਵੱਡੀ ਭੀੜ ਵਧਾਉਣ ਲਈ ਜਾਣਿਆ ਜਾਂਦਾ ਹੈ। ਜੋਗਿੰਦਰ ਸਿੰਘ ਨੇ ਕੋਵਿਡ ਦੇ ਕਾਰਨ ਸ਼ਨੀਵਾਰ ਨੂੰ ਗੁਰਦਾਸਪੁਰ ਵਿੱਚ ਕਿਸਾਨ ਰੈਲੀ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ। ਮਹਾਰਾਸ਼ਟਰ ਰਤਨਗਿਰੀ ਜ਼ਿਲ੍ਹੇ ਦੇ ਖੇਡ ਤਾਲੁਕ ਦੇ ਵਿੱਚ ਸ਼ਨੀਵਾਰ ਸਵੇਰੇ ਇੱਕ ਕੈਮੀਕਲ ਫੈਕਟਰੀ ਵਿੱਚ ਹੋਏ 2 ਧਮਾਕਿਆਂ ਦੇ ਵਿੱਚ 4 ਕਰਮਚਾਰੀ ਮਰ ਗਏ ਅਤੇ 1 ਸਾਥੀ ਜ਼ਖਮੀ ਹੋ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮਾਂ ਨੇ 40 ਦੇ ਕਰੀਬ ਹੋਰ ਕਰਮਚਾਰੀ ਨੂੰ ਬਾਹਰ ਕੱਢਿਆ। ਬਰਤਾਨੀਆ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਲਗਾਤਾਰ ਕੁਝ ਨਾ ਕੁਝ ਕਰਦਾ ਰਿਹਾ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀਆਂ ਯੋਜਨਾਵਾਂ ਦੇ ਅਨੁਸਾਰ ਪਨਾਹ ਮੰਗਣ ਵਾਲਿਆਂ ਨੂੰ ਵਿਦੇਸ਼ਾਂ 'ਚ ਪ੍ਰੋਸੈਸਿੰਗ ਸੈਂਟਰਾਂ ਵਿੱਚ ਭੇਜਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਕਾਰ ਨੇ ਇਸ ਲਈ ਜੀਵਨ ਅਲਰਟ ਦਾ ਖੇਤਰ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਆਈਲਸ ਆਫ ਮੈਨ ਅਤੇ ਹੋਰ ਬ੍ਰਿਟਿਸ਼ ਤੱਟ ਤੋਂ ਦੂਰ ਟਾਪੂਆਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪ੍ਰਵਾਸੀਆਂ ਨੂੰ ਇੰਗਲਿਸ਼ ਚੈਨਲ ਰਾਹੀਂ ਖਤਰਨਾਕ ਤਰੀਕੇ ਦੀ ਯਾਤਰਾ ਕਰਨ ਤੋਂ ਰੋਕਣ ਦਾ ਸੰਕਲਪ ਲਿਆ ਹੈ। ਇਸ ਯੋਜਨਾ ਦੇ ਅਗਲੇ ਹਫ਼ਤੇ ਵਿਸਤਾਰ ਸਹਿਤ ਵੇਰਵੇ ਜਾਰੀ ਕੀਤੇ ਜਾਣਗੇ। ਯੂਕੇ ਸਰਕਾਰ ਵੱਲੋਂ ਆਸਟ੍ਰੇਲੀਆ ਵਰਤੀਆਂ ਜਾਂਦੀਆਂ ਆਫਸ਼ੋਰ ਨੀਤੀਆਂ ਦੇ ਵਿਚਾਰ ਕਰਨ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਵਿੱਚ ਯੂਕੇ ਤੋਂ 4000 ਮੀਲ ਦੂਰ ਪ੍ਰਕਿਰਿਆ ਕਰਨ ਲਈ ਅਤੇ ਸਮੁੰਦਰ ਵਿੱਚ ਵਰਤੀਆਂ ਜਾਣ ਵਾਲੀਆਂ ਬੇੜੀਆਂ ਨੂੰ ਪ੍ਰੋਸੈਸਿੰਗ ਸੈਂਟਰਾਂ ਵਿੱਚ ਬਦਲਣਾ ਸ਼ਾਮਲ ਕੀਤਾ ਗਿਆ ਸੀ। ਦੂਜੇ ਪਾਸੇ ਸਰਕਾਰ ਦੀ ਇਸ ਨਵੀਂ ਨੀਤੀ ਦੀ ਆਲੋਚਨਾ ਵੀ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਦੀ ਇਸ ਨੀਤੀ ਨੂੰ ਮਨੁੱਖੀ ਅਧਿਕਾਰ ਦੇ ਉਲਟ ਕਿਹਾ ਜਾ ਰਿਹਾ ਹੈ। ਸਰਕਾਰ ਵੱਲੋਂ ਮਨੁੱਖੀ ਸਮਗਲਿੰਗ ਨੂੰ ਰੋਕਣ ਦੇ ਲਈ ਉਮਰ ਭਰ ਦੀ ਕੈਦ ਵਰਗੀ ਵਿਵਸਥਾ ਵੀ ਕੀਤੀ ਗਈ ਹੈ। ਲੰਡਨ ਵਿੱਚ ਬੀਤੇ ਦਿਨ ਤਰਨ ਤਾਰਨ ਦੇ 20 ਸਾਲਾ ਪ੍ਰਭਜੋਤ ਸਿੰਘ ਨਾਂ ਦੇ ਨੌਜਵਾਨ ਦੀ ਲਾਸ਼ ਸਥਾਨਕ ਪਾਰਕ ਵਿੱਚ ਮਿਲੀ, ਜਿਸ ਨਾਲ ਸਮੁੱਚੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਨਿਸ਼ਾਨ ਸਿੰਘ ਤੇ ਬਲਵਿੰਦਰ ਸਿੰਘ ਗਿੱਲ ਦੀਨੇਵਾਲੀ ਨੇ ਦੱਸਿਆ ਕਿ 4 ਭੈਣਾਂ ਦਾ ਇਕਲੌਤਾ ਭਰਾ ਬੀ ਫਰਵੀ ਨੂੰ ਪੜ੍ਹਾਈ ਲਈ ਇੰਗਲੈਂਡ ਆਇਆ ਸੀ, ਜਿਸ ਦੀ ਬੀਤੇ ਸ਼ੁੱਕਰਵਾਰ ਰਾਤ ਨੂੰ ਸਾਊਥਾਲ ਦੇ ਪਾਰਕ ਵਿੱਚ ਲਾਸ਼ ਮਿਲੀ ਹੈ। ਬੀਤੇ ਵਾਲੇ 25 ਮਈ ਨੂੰ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਤੇ ਹਮਲਾ ਕਰਨ ਅਤੇ ਉਸੇ ਦਿਨ ਇੱਕ ਹੋਰ ਵਿਅਕਤੀ ਦੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਦੇ ਤਹਿਤ 6.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਜ਼ਾ ਉਪਰੰਤ ਪਾਕਿਸਤਾਨੀ ਮੂਲ ਦੇ ਦੋਸ਼ੀ ਮੁਹੰਮਦ ਇਬਰਾਰ ਨੂੰ ਪਾਕਿਸਤਾਨ ਡਿਪੋਰਟ ਕੀਤਾ ਜਾਵੇਗਾ, ਪਰ ਇਹ ਮਾਮਲਾ ਗ੍ਰਹਿ ਵਿਭਾਗ ਵੱਲੋਂ ਵਿਚਾਰ ਅਧੀਨ ਹੋਵੇਗਾ। ਅਦਾਲਤ ਵਿੱਚ ਦੱਸਿਆ ਗਿਆ ਕਿ ਦੋਸ਼ੀ ਇਬਰਾਰ ਨੇ ਗੁਰਦੁਆਰਾ ਸਾਹਿਬ 'ਚ 3 ਵਾਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਤੋੜ ਭੰਨ ਕੀਤੀ ਅਤੇ ਕੰਧ ਦੇ ਨਫ਼ਰਤ ਦੇ ਨਾਰਾ ਲਿਖਿਆ। ਡਰਬੀ ਅਦਾਲਤ ਵਿੱਚ ਦੱਸਿਆ ਗਿਆ ਕਿ ਉਸ ਨਿੱਕੇ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਅਤੇ ਲੁੱਟ ਖੋਹ ਦੀ ਕੋਸ਼ਿਸ਼ ਕੀਤੀ। ਜੱਜ ਜੋਨਾਥਨ ਬੈਨਟ ਨੇ ਕਿਹਾ ਕਿ ਹਮਲਾ ਨਸਲਵਾਦ ਦਾ ਪ੍ਰਭਾਵ ਸੀ ਅਤੇ ਇਸ ਦੇ ਨਾਲ ਸਥਾਨਕ ਲੋਕਾਂ ਦੇ ਬੁਰਾ ਪ੍ਰਭਾਵ ਪਿਆ ਹੈ। ਜੱਜ ਨੇ ਇਬਰਾਹ ਨੂੰ ਲੁੱਟ ਖੋਹ ਲਈ 1 ਸਾਲ ਅਤੇ ਕਿਸੇ ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ 5.5 ਸਾਲ ਜੋ ਸਾਲ ਲਾਇਸੈਂਸੀ ਵਾਅਦੇ ਤਹਿਤ ਸਜ਼ਾ ਸੁਣਾਈ, ਦੋਵੇਂ ਸਜ਼ਾਵਾਂ ਨਾਲੋਂ ਨਾਲ ਚੱਲੀਆਂ। ਚਾਕੂ ਰੱਖਣ ਦੇ ਦੋਸ਼ਾਂ ਤਹਿਤ 1 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਸਿੱਖ ਭਾਈਚਾਰੇ ਨੇ ਅਦਾਲਤੀ ਫੈਸਲੇ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਘਟਨਾ ਨੂੰ ਅੱਤਵਾਦੀ ਹਮਲੇ ਵਜੋਂ ਲੈਣ ਦੀ ਮੰਗ ਕੀਤੀ। ਸਿੱਖ ਆਗੂ ਨੇ ਕਿਹਾ ਕਿ ਜੇ ਸੰਗਤਾਂ ਮੌਜੂਦ ਹੁੰਦੀਆਂ ਤਾਂ ਗੁਰੂਘਰ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ। ਇੰਗਲੈਂਡ ਵਿੱਚ ਚੱਲ ਰਹੇ ਕੋਰੋਨਾ ਵੈਕਸੀਨ ਪ੍ਰੋਗਰਾਮ 'ਚ ਅਚਾਨਕ ਵੱਡੀ ਰੁਕਾਵਟ ਆ ਰਹੀ ਹੈ, ਕਿਉਂਕਿ ਭਾਰਤ ਸਰਕਾਰ ਵੱਲੋਂ ਆਰਜ਼ੀ ਤੌਰ 'ਤੇ ਯੂਕੇ ਭੇਜੀ ਜਾਣ ਵਾਲੀ ਵੈਕਸੀਨ ਦੀ ਵੱਡੀ ਖੇਪ ਨੂੰ ਰੋਕ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੀਰਮੇ ਇੰਸਟੀਚਿਊਟ ਆਫ ਇੰਡੀਆ ਦੇ ਆਧਾਰ ਪੁਨੇਵਾਲਾ ਨੇ ਕਿਹਾ ਹੈ ਕਿ ਇਹ ਭਾਰਤ ਤੇ ਨਿਰਭਰ ਹੈ, ਇਸ ਦਾ ਸੀਰਮ ਦੇ ਨਾਲ ਕੋਈ ਮਤਲਬ ਨਹੀਂ ਹੈ। ਐਸਟ੍ਰਾਜੈਨਿਕਾ ਆਕਸਫੋਰਡ ਯੂਨੀਵਰਸਿਟੀ ਵੈਕਸੀਨ ਦੀ 50 ਲੱਖ ਖੁਰਾਕਾਂ ਦੀ ਵੱਡੀ ਖੇਪ ਮਾਰਚ ਦੇ ਸ਼ੁਰੂ ਵਿੱਚ ਯੂਕੇ ਤੋਂ ਪਹਿਲਾਂ ਭੇਜੀ ਜਾ ਚੁੱਕੀ, ਜਦਕਿ ਇਸ ਦੀ 50 ਲੱਖ ਵੈਕਸੀਨ ਟੀਕਿਆਂ ਦੀ ਦੂਜੀ ਖੇਪ ਨਵੀਂ ਦਿੱਲੀ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਯੂਕੇ ਨੂੰ ਭੇਜੀ ਜਾਵੇਗੀ, ਜੋ ਇਸ ਸਮੇਂ ਇਹ ਵਿਚਾਰ ਕਰ ਰਹੀ ਹੈ ਕਿ ਭਾਰਤ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਨੂੰ ਕਿਵੇਂ ਕਾਬੂ ਕਰਨਾ ਹੈ। ਭਾਰਤ ਟੀਕਾਕਰਨ ਪ੍ਰੋਗਰਾਮ 'ਚ ਵਿਸਤਾਰ ਕਰਨ ਅਤੇ ਹੋਰ ਵੈਕਸੀਨਾਂ ਦਾ ਭੰਡਾਰ ਕਰਨ 'ਤੇ ਵਿਚਾਰ ਕਰ ਰਿਹਾ। ਪੂਨੇਵਾਲ ਨੇ ਕਿਹਾ ਕਿ ਯੂਕੇ ਨੂੰ ਨਿਰਧਾਰਤ ਸਮੇਂ ਵਿੱਚ ਸਪਲਾਈ ਕਰਨ ਦੀ ਵਚਨਬੱਧਤਾ ਅਸੀਂ ਨਹੀਂ ਕੀਤੀ ਸੀ, ਪਰ ਸੰਭਵ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਵੈਕਸੀਨ ਦੀ ਸਪਲਾਈ ਵਿੱਚ ਦੇਰੀ ਹੋਣ ਦੇ ਨਾਲ ਯੂਕੇ ਵਿੱਚ ਅਗਲੇ ਮਹੀਨੇ ਤੋਂ ਟੀਕਾਕਰਨ ਪ੍ਰੋਗਰਾਮ ਦੀ ਰਫ਼ਤਾਰ ਘੱਟ ਸਕਦੀ ਹੈ। ਜੇਕਰ ਜੋ ਹੈ ਕਿ ਭਾਰਤ ਵੱਲੋਂ 5.80 ਕਰੋੜ ਮੇਡ ਇਨ ਇੰਡੀਆ ਵੈਕਸੀਨ ਦੀਆਂ ਖੁਰਾਕਾਂ 4 ਦੇਸ਼ਾਂ ਵਿੱਚ ਭੇਜੀਆਂ ਜਾ ਚੁੱਕੀਆਂ ਨੇ, ਜਿਸ ਵਿੱਚ 1.60 ਕਰੋੜ ਕੋਵੈਕਸ ਗਲੋਬਲ ਵੈਕਸੀਨ ਦੀ ਸਾਂਝੀ ਸਕੀਮ ਵੀ ਸ਼ਾਮਲ ਹੈ। ਭਾਰਤ ਸਰਕਾਰ ਵੱਲੋਂ ਖ਼ਬਰ ਮਿਲਣ ਤੱਕ ਪ੍ਰਤੀਕਿਰਿਆ ਨਹੀਂ ਆਈ ਸੀ, ਪਰ ਯੂਕੇ ਵਿੱਚ ਭਾਰਤ ਦੇ ਇਸ ਰਵੱਈਏ ਦੀ ਆਲੋਚਨਾ ਹੋ ਰਹੀ ਹੈ। ਕਿਸਾਨੀ ਸੰਘਰਸ਼ ਜਾਰੀ ਹੈ, ਇਸ ਦੌਰਾਨ ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਨਵੇਂ ਫਰਮਾਨ ਜਾਰੀ ਕੀਤੇ ਨੇ।
इस मगरों किसानों का विरोध होर दिखाउन लगा है। दरअसल एक्साइज के नवे आदेशों के मुताबिक हुण किसानों नूं फसल की खरीद के पैसे सीधे बैंक खाते विच भेजने की गल कही गई है। इस आदेश के नाल मंडियों विचों आड़तियों की विचोलगी नूं खत्म करने की कोशिश की जा रही है। यह नवे फरमान के विरोध में पंजाब अंदर किसान आड़ती मिलकर प्रदर्शन कर रहे हैं। मोदी सरकार के ऑर्डिनेंसा वाले कानूनों के खिलाफ जिथे सारा देश एकजुट होकर संघर्ष कर रहा है, उत्थे अज भारतीय किसान यूनियन एकता उगराह के ब्लाक अटारी वालों हजारों की गिनती में नौजवानों वालों शहीदों की याद में समर्पित और मोदी सरकार के काले कानूनों के खिलाफ एक मोटरसाइकिल रैली का आयोजन किया गया, जो कि पिंड नगरी से शुरू होकर जलियांवाला बाग तक पहुंची। इस संबंधी जानकारी दिंदे भारतीय किसान यूनियन एकता उगराह के आगू बलविंदर सिंह माहल और परविंदर सिंह जनरल सकत्तर ने की दस्या, आओ देखते हैं। मैं बलविंदर सिंह माहल भारतीय किसान यूनियन एकता ग्रह का आगू, अज जिहड़ा यह भारतीय किसान यूनियन एकता ग्रह का ब्लाक अटारी वालों ये जिहड़ा श्रद्धांजलि समागम रखा भगत सिंह उन्हां नूं समर्थन, ये नंगली पिंड तो तुर के जलियांवाले बाग जा रहा, जलियांवाले बाग तो पता इन्हें दशहरा ग्राउंड खत्म होना वा, तो वड्डी गिनती च हजारां दी गिनती च नौजवान अंबरसर दीआं सड़कां ते अपना मोटरसाइकिल लैके निकले आ। ये सरकार नूं इह विखाउणा चाहुंदे आ, जिहड़ी सरकार इह ड्रामे करदी दावे करदी वी नौजवान जथेबंदियां नाल नहीं आ, वड्डी गिनती च नौजवान निकले आ ते नौजवानां ने प्रण कीता वी आपां जिन्ना चिर काले कानून रद्द नहीं हो जांदे उन्ना चिर नौजवान टेके नहीं पैण वाले, ये भगत सिंह दी सोच ते चलण वाले उहदे मार्ग ते चलण वाले आ। तो जी पंजाब सरकार को चेतावनी देने जी यार करोने के ड्रामे कराती है, ये चलान कराती है, कभी मास्क का कभी ये ड्रामे बंद कर दे, नहीं तो तेरे भी चिट्ठे बोलने शुरू कर देंगे, तू दो घंटे जथेबंदियों के कट नहीं सकती। ये भारत सरकार को चेतावनी देने कानून रद्द कराने तो बगैर जोड़ा भारत का किसान तो नौजवान ये बहन वाला नहीं है। नौजवान बाहर निकले आने प्रण किया भी काले कानून रद्द होने तो तक एक घर च नहीं टेके पैण के वड्डी लामबंदी करनगे, जिहड़ी कल रैली हो रही है साडी सरां उहदे वड्डे कट किए जाणगे लखां। नंगलियों स्टार्ट होया जी, ये जिहड़ा दशहरा ग्राउंड आ उत्थे खत्म हो जाना। रणजीत एवेन्यू दशहरा ग्राउंड जी जाया जाऊगा, उतो मुड़ के बंद दशहरा ग्राउंड रणजीत एवेन्यू खत्म की जाऊ रहे। धन्यवाद। हाँ जी सर, अपना नाम दस दियो ते अज जिहड़ी मेरा नाम परमिंदर सिंह आ, मैं बीके यू एकता ग्राह ब्लाक अटारी का जनरल सकत्तर हाँ। ये जरा हो नंगली तो शुरू होया वा, ये वड्डी गिनती दे नौजवान जिहड़े शामिल होए आ, ये शहर के हुंदा आ जलियांवाले बाग दे जलियांवाला शहीदां नूं फुल अर्पित किए जाएंगे, श्रद्धा के फुल अर्पित किए, उस तो बाद सारे शहर के जुलूस कढ़िया जाएगा। नहीं, ये सारे किसान भारतीय किसान यूनियन के झंडे हेठ सारे किसान आ, नाल नौजवान आ, नौजवानों का एका वा। कल 21 तरीक नूं सुनाम लख बंदे की रैली भारतीय एकता ग्राह की हो रही है, उस तो बाद 23 तरीक नूं टिकरी बार्डर उत्ते लखां की गिनती च नौजवानों का कट हो रहा, उहदे संबंधी जागरूकता फैलाउण लई असी ये हर शहर के इदा ही मोटरसाइकिल मार्च कढ रहे हैं। सेंटर सरकार नूं मैसेज यो आ भी इस कंध ते लिखिया पढ़ ले ते ये जिहड़े बिल आ इसनूं वापस लै ले, क्योंकि हुण कला किसान नहीं हर वर्ग तेरे खिलाफ सेंटर सरकार दे मोदी सरकार दे खिलाफ उठ पिया वा, बैंक वाले LIC वाले हर महकमा ये खिलाफ आ, ये जिहड़ा मोदी आ इन्हें निजीकरण की जिहड़ी नीति अपनाई हुई आ उहदा असीं बहिष्कार करांगे ते इहनूं पछेड़ने मजबूर करांगे। समाप्त करते हैं, धन्यवाद।